ਤੇ ਮੈਨੇ ਤੈ ਜੁਗਾਲੂ ਬਲਾਹ ਜਾ ਗਵਾਇਆ ਤਵਜੋ ਹੈ ਨਾ ਤੁਹਾਡੀ ਤੈ ਜੁਗਾਲੂ ਬਲਾਹ ਜਾ ਗਵਾਇਆ ਨੀ ਤਾਂ ਉਹ ਵੀ ਪਹਿਲੇ ਦੀ ਹੈ ਰਮਜ਼ਲ ਅਸਤੀ ਮੇਰੀ ਹੂੰ ਬੇਸੂਰਤ ਸੂਰਤ ਦੇ ਅੰਦਰ ਡਿਠੇ ਜੈ ਸੁਣਾਤਾ ਹੈ ਸਮਝਾ ਹੈ ਹਸਤੀ ਮੇਰੀ ਕੋਈ ਜੋ ਪਿੱਟੇ ਦੇ ਸਾਵੇਂ ਗਿਰੇ ਮੌਜ ਮੁੱਲ ਇਹਦੀ ਕੀਮਤ ਵੀ ਕਹਿ ਨਹੀਂ ਜੋ ਸਸਤੀ ਮੇਰੀ ਜੇ ਕੋਈ ਸਮਝ ਆਇਆ ਉਹਦਾ ਬੋਲੇ ਸੁਭਾਨ ਅੱਲਾ ਅਗਲੀ ਗੱਲ ਸੁਣ ਮੈਂ ਥੋੜ੍ਹਾ ਜਿਹਾ ਮੇਰੇ ਮਿਜ਼ਾਜ ਨਾਲ ਪਿਛਲੇ ਹੀ ਸ਼ੇਰ ਘੁੰਮਦੇ ਨਗਰ ਜਾਤ ਹੋਵੇ ਤਾਂ ਪੜ ਛੋੜਾ ਅਜਾ ਹਉ ਹਉ ਦੇ ਹੇ ਚੱਕਰੇ ਵਿੱਚ ਲੱਤਾਂ ਕਬਰ ਦੇ ਵਿੱਚ ਲੜਕਈ ਬੈਠੇ ਅਗਰ ਕੌੜੀ ਕਾਰ ਲਗਾ ਦਾਤ ਨਾ ਜੀਵੇ ਜੇ ਸੱਚ ਹੋਵੇ ਤਾਂ ਕੰਜੂਸੀ ਨਹੀਂ ਕਰਨੀ ਸੁਭਾਨ ਅੱਲਾ ਜੀ ਅਜਾ ਹਉ ਹਉ ਦੇ ਹੇ ਚੱਕਰੇ ਵਿੱਚ ਲੱਤਾਂ ਕਬਰ ਦੇ ਵਿੱਚ ਲੜਕਈ ਬੈਠੇ ਜਾਇਦਾਦ ਅਸ ਭਾਵੇਂ ਜੇ ਜਿਤਨਾ ਦ੍ਰਿਠ ਮਾਰ ਤੇ ਚੰਬੇ ਪਈ ਬੈਠੇ ਨਿਸੀ ਮਰਲਾ ਦਿੱਤਾ ਹੈ ਨਦੀ ਕੋ ਤਵਜੋ ਨਿਸੀ ਮਰਲਾ ਦਿੱਤਾ ਹੈ ਨਦੀ ਕੋ ਨਾ ਪੁੱਤਰੇ ਦੇ ਕਰਵਾਈ ਬੈਠੇ ਪੰਜ ਪੁੱਤਰਾਂ ਭਾਵੇਂ ਮਰ ਗਏ ਦੇ ਇੱਕ ਕੀ ਹੱਸ ਮੋਈ ਲਿਖਾਈ ਬੈਠੇ ਸਮਝ ਤੇ ਕੋਈ ਉਹ ਬੋਲੇ ਸੁਭਾਨ ਅੱਲਾਹ ਅਗਲੀ ਗੱਲ ਸੁਣ ਇਨਸਾਨ ਜ਼ਮੀਨ ਤੇ ਰੇਤ ਤੇ ਟੁਰ ਨਾ ਕਰ ਰਹਾ ਥੀ ਤੈ ਮਰ ਰਹਾ ਲਈ ਯਾ ਯੁਹਲ ਇਨਸਾਨ ਮਾ ਕਰ ਰਹਾ ਤੇ ਰੱਬੇ ਕਲ ਕਰੀਮ ਇਨਸਾਨ ਜ਼ਮੀਨ ਤੇ ਰੇਖ ਤੇ ਟੁਰ ਨਾ ਕਰਦਾ ਥੀ ਤੈ ਮਰਨਾ ਲਈ ਹੱਕਦਾਰੇ ਦਾ ਹੱਕ ਖਾਦਾ ਪਈ ਰੱਖ ਸੀਨੇ ਸੀ ਤੈ ਮਰਨਾ ਲਈ ਮਜ਼ਲੂਮ ਗਰੀਬ ਯਤੀਮੇ ਦਾ ਸੁਣ ਹੱਥ ਨਾ ਪੀ ਤੈ ਮਰਨਾ ਲਈ ਹੱਕਦਾਰ ਹੈ ਜਿਵੇਂ ਪੁੱਤਰ ਪੈਦਾ ਹੱਕਦਾਰ ਹੈ ਥੀ ਤੈ ਮਰਨਾ ਲਈ ਅਗਲੀ ਗੱਲ ਸੁਣ ਦਿਲ ਤੇ ਹੱਥ ਰੱਖ ਸਾਡੇ ਮੋਢੇ ਤੇ ਵੀ ਕਿਆਮਤ ਦਾ ਤੇ ਵੀ ਯਾਲਮੂਨ ਮਾਤਾ ਫਾਰੂਨ ਸਵਾਰ ਸਾਡੇ ਕੋਲ ਵੀ ਪੁੱਛਾ ਸਾਡੇ ਮਿੰਬਰ ਤੇ ਖੜ ਕੇ ਸੱਚ ਵੀ ਹਲੇ ਦੇ ਹਵੇ ਆ ਕੋਈ ਨਾ ਧੀ ਭੇੜ ਤੇ ਜਿਹੜਾ ਤੜਕੇ ਨੂੰ ਵੰਜੇ ਡੰਗਰ ਚਾਰੂ ਦੀ ਬਖਸ਼ਿਸ਼ ਹਾਏ ਹਾਏ ਥੋੜਾ ਜਿਹਾ ਤਰਜਮਾਨੀ ਕਰ ਦੀ ਆਪਣੇ ਅਕੀਦੇ ਦੀ ਸ਼ੇਰ ਦੇ ਅੰਦਰ ਕਰ ਜਾਓ ਤੂੰ ਧੀ ਭੇੜ ਤੇ ਜਿਹੜਾ ਤੜਕੇ ਨੂੰ ਵੰਜੇ ਡੰਗਰ ਚਾਰੂ ਦੀ ਬਖਸ਼ਿਸ਼ ਨਹੀਂ ਦਿਉ ਦੇ ਮਾਲ ਤੇ ਰੋਜ਼ ਜਿਹੜਾ ਵੰਜੇ ਰੱਬ ਦੇ ਘਰ ਦੀ ਬਖਸ਼ਿਸ਼ ਨਹੀਂ ਖਾ ਕੇ ਮਾਲ ਯਤੀਮੇ ਦਾ ਰੱਖੇ ਸਜਦੇ ਸਰ ਦੀ ਬਖਸ਼ਿਸ਼ ਨਹੀਂ ਤਵਜੋ ਗੁਸਤਾਖ ਰਸੂਲ ਦਾ ਮੌਜ ਭਵੇ ਵੰਜੇ ਕਾਬੇ ਮਾਲੂ ਦੀ ਬਖਸ਼ਿਸ਼ ਨਹੀਂ ਗੁਸਤਾਖ ਰਸੂਲ ਦਾ ਉੱਤੇ ਇਨਸਾਫ ਦਾ ਪਰਚਮ ਥੱਲੇ ਇਨਸਾਫ ਵਿਕਦਾ ਪਏ ਇਹੋ ਜਿਹੀ ਹਰ ਅਦਾਲਤ ਕੋ ਬਬੇ ਅਮਲਾ ਹੋਣਾ ਛੋੜੋ ਜਿੱਥਾ ਮੁਖਲਿਸ ਨਮਾਜ਼ੀ ਹੈ ਉਹ ਮਸਜਿਦ ਵੀ ਹੈ ਬੈਤੁਲਲਾ ਜੋ ਮੁੱਲਾ ਦਾ ਦੁਕਾਨਾ ਹੈ ਮਸੀਤਾ ਕੋ ਦਹਾ ਰਿਓ ਪੜੋ ਰਹਿਮਾਨ ਦਾ ਕਲਮਾ ਪੜੋ ਸ਼ੈਤਾਨ ਦੇ ਚੇਲੇ ਮੁਨਾਫਿਕ ਤੂੰ ਤਾਂ ਬਿਹਤਰ ਹੈ ਜੋ ਕਾਫਰ ਦਾ ਰਖਾ ਦਿਓ ਜੇ ਸੱਚ ਆਖਣ ਬਗਾਵਤ ਹੈ ਬਗਾਵਤ ਨਾ ਹੈ ਸ਼ਾਕਰ ਦਾ ਭਾਵੇਂ ਸੂਦੀ ਚੜ੍ਹਾ ਦਿਓ ਤੋੜੇ ਖੈਮੇ ਜਲਾ ਦਿਓ ਪੜ ਕਲਮਾ ਦਿਲ ਵਿੱਚ ਬੋਝ ਰੱਖੇ ਖੜਾ ਦਰਦੇ ਰਹੇ ਕਰੇ ਚੋਰ ਚੋਰੀ ਇਹ ਛੇ ਨਿਗਰਾਨ ਦਾ ਕੀ ਫਾਇਦਾ ਜਿਹੜੀ ਜ਼ਿਕਰ ਹਜ਼ੂਰ ਚ ਬੋਲੇ ਨਾ ਉਹ ਬਦਬਖਤ ਜ਼ੁਬਾਨ ਦਾ ਕੀ ਫਾਇਦਾ ਜਿਹੜੀ ਜ਼ਿਕਰ ਹਜ਼ੂਰ ਚ ਬੋਲੇ ਨਾ ਉਹ ਬਦਬਖਤ ਜ਼ੁਬਾਨ ਦਾ ਕੀ ਫਾਇਦਾ ਪਰ ਹਜ਼ਰਤ ਹਜ਼ੂਰ ਦੀ ਜ਼ਾਤ ਤੇ ਆ ਹਜ਼ਰਤ ਇਮਾਮ ਸੱਜਾਦ ਜ਼ੈਨੁਲਾਬਦੀਨ ਸਹੀ ਆਪਣੇ ਨਾਮੇ ਰਸੂਲ ਦੀ ਬਾਰਗਾਹ ਦੇ ਅੰਦਰ ਜਿਹੜੀ ਅਰਜ਼ ਗੁਜ਼ਰੇ ਦੇ ਖੜੇ ਮੈਂ ਸਲਾਕੀ ਦੇ ਅੰਦਰ ਨਾਸ਼ਿਰਾਂ ਦੀ ਤਰਜਮਾਨੀ ਕਰਨੀ ਹੈ ਆ ਫਰਮਾਇਆ ਦੇ ਖੜੇ